ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ, ਸਾਡੇ ਜੋ ਅੱਜ ਕੱਲ੍ਹ ਜਿਹੜੇ ਅਸੀਂ ਵਲੋਗਸ ਬਣਾ ਰਹੇ ਹਾਂ, ਤੁਸੀਂ ਬਹੁਤ ਪਿਆਰ ਬਖਸ਼ਿਸ਼ ਕਰ ਰਹੇ ਹੋ। ਅੱਜ ਦਾ ਪ੍ਰੋਗਰਾਮ ਸਾਡਾ ਲੁਧਿਆਣੇ ਹੈ, ਅੱਜ ਰਾਤ ਦਾ ਪ੍ਰੋਗਰਾਮ ਉੱਥੇ ਕਰਕੇ ਅਤੇ ਸਵੇਰੇ ਅਸੀਂ ਦੇਹਰਾਦੂਨ ਕੀਰਤਨ ਕਰਨਾ ਹੈ। ਸਵੇਰ ਦਾ ਕੀਰਤਨ ਦੁਪਹਿਰੇ ਉੱਥੇ ਕੀਰਤਨ ਕਰਕੇ ਅਤੇ ਫਿਰ ਰਾਤ ਨੂੰ ਅਸੀਂ 31 ਦਸੰਬਰ ਜੋ ਕੱਲ੍ਹ ਹੈ ਰਾਤ ਦਿੱਲੀ ਕੀਰਤਨ ਕਰਨਾ ਹੈ। ਸੋ ਨਵੇਂ ਸਾਲ ਦੇ ਕੀਰਤਨ ਉੱਥੇ ਕਰਕੇ ਆਪ ਸੰਗਤਾਂ ਦੀ ਅਸੀਂ ਸਾਂਭਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਲੁਧਿਆਣੇ ਨੂੰ ਅਸੀਂ ਚੱਲ ਪਏ ਹਾਂ, ਔਨ ਦਾ ਵੇ ਟੂ ਲੁਧਿਆਣਾ। ਸੋ 9 ਵਜੇ ਕੀਰਤਨ ਹੈ, ਪਰ ਅਸੀਂ ਟ੍ਰੈਫਿਕ ਦੇ ਵਿੱਚ ਹੁਣੇ ਹੀ ਫਸ ਗਏ ਹਾਂ। ਮਹਾਰਾਜ ਕਿਰਪਾ ਕਰਨ, ਟਾਈਮ ਸਿਰ ਅਸੀਂ ਪਹੁੰਚ ਜਾਈਏ। ਸੋ ਉੱਥੇ ਕੀਰਤਨ ਕਰਕੇ, ਜਿਵੇਂ ਪਹਿਲਾਂ ਵੀ ਮੈਂ ਆਪ ਜੀ ਨੂੰ ਦੱਸਿਆ ਕਿ ਰਾਤੋ ਰਾਤ ਅਸੀਂ ਦੇਹਰਾਦੂਨ ਨੂੰ ਨਿਕਲ ਜਾਣਾ, ਦੇਹਰਾਦੂਨ ਤੋਂ ਦੁਪਹਿਰੇ ਕੀਰਤਨ ਕਰਕੇ ਫਿਰ ਰਾਤ 31 ਦਸੰਬਰ ਦੀ ਅਸੀਂ ਦਿੱਲੀ ਕੀਰਤਨ ਕਰਨਾ, ਟਿਕਾਣਾ ਸਾਹਿਬ। ਫਿਰ ਉਸ ਤੋਂ ਬਾਅਦ ਯਮੁਨਾ ਪਾਰ ਬਾਬਾ ਕਰਮ ਸਿੰਘ ਜੀ ਦਾ ਜਿਹੜਾ ਗੁਰੂ ਘਰ ਹੈ ਉੱਥੇ ਕੀਰਤਨ ਕਰਨਾ ਹੈ ਜੀ। ਭਾਅ ਜੀ, ਸਿਰਫ ਅੱਧਾ ਹੀ ਘੰਟਾ ਆਪਣੇ ਕੋਲ ਪਹੁੰਚਣ ਵਾਸਤੇ ਲੁਧਿਆਣੇ। ਕਿੱਧਰੋਂ ਕਹਿ ਰਹੇ ਸੀ ਆਉਣ ਵਾਸਤੇ? ਇਹ ਨਵਾਂ ਸਾਲ ਆ, ਟ੍ਰੈਫਿਕ ਤਾਂ ਹੋਣੀ ਹੋਣੀ ਆ, ਜਿੱਧਰ ਮਰਜ਼ੀ ਚੱਲੋ ਤੁਸੀਂ, ਬਚ ਨਹੀਂ ਸਕਦੇ ਇਹਦੇ ਤੋਂ। ਅੱਜ ਕਾਫੀ ਟ੍ਰੈਫਿਕ ਹੋ ਗਿਆ। ਚਲੋ, ਮਹਾਰਾਜ ਭਲੀ ਕਰਨ, ਟਾਈਮ ਸਿਰ ਪਹੁੰਚ ਜਾਈਏ। ਜੇ ਆਪਣੇ ਭਾਅ ਜੀ ਜਲੰਧਰ ਦਾ ਇਹ ਹਾਲ ਹੈ ਤਾਂ ਤੁਸੀਂ ਹਿਸਾਬ ਲਾਓ ਦਿੱਲੀ ਦਾ ਕੀ ਹਾਲ ਹੋਏਗਾ। ਸਹੀ ਗੱਲ ਆ, ਅੱਜ ਕਾਫੀ ਟ੍ਰੈਫਿਕ ਹੈ ਜਲੰਧਰ ਦਾ। ਉਧਰੋਂ ਵੀ PAP ਚੌਂਕ ਵੱਲੋਂ ਵੀ ਉਨਾ ਹੀ ਟ੍ਰੈਫਿਕ ਹੋਣਾ ਸੀਗਾ, ਜਿੰਨਾ ਉਧਰ ਵੱਧ ਹੀ ਹੋਣਾ ਸੀ। ਕਿਉਂਕਿ ਇਹ ਸਾਰਾ ਅੰਮ੍ਰਿਤਸਰ ਤੋਂ ਆ ਰਿਹਾ, ਇੱਧਰ ਟ੍ਰੈਫਿਕ ਹੋਣਾ ਹੀ ਹੋਣਾ, ਤਾਂ ਹੀ ਰਸ਼ ਹੈ ਨਾ। ਮਨ ਇੱਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਕੇ ਗੁੰਝ ਲਿਆ ਰਹਾਓ, ਨਾ ਹੋ ਚਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾ ਹੀ ਵਿਸਰਿਆ, ਸਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਔਰ ਕਾਜ ਤੇਰਾ ਕਿਤਾ ਨਾਕਾਮ। ਲੁਧਿਆਣੇ ਤੋਂ ਕੀਰਤਨ ਕਰਕੇ ਨਿਕਲੀ ਹਾਂ ਦੇਹਰਾਦੂਨ ਵਾਸਤੇ। ਰੂਟੀਨ ਹੀ ਬਣ ਗਿਆ ਜੀ, ਕਿਉਂਕਿ ਠੰਡ ਬਹੁਤ ਹੈ ਬਾਹਰ ਅਤੇ ਧੁੰਦ ਵੀ ਬਹੁਤ ਜ਼ਿਆਦਾ, ਰਸਤਾ ਦੇਖ ਕੇ ਰਿਹਾ। ਕਿਉਂ ਦਾਰਾ ਜੀ, ਕੀ ਅੱਗੇ ਦਾ ਸੀਨ ਆ, ਤੁਸੀਂ ਦੱਸੋ ਮਾੜਾ ਜਿਹਾ। ਇਹ ਅਜੇ ਰਾਜਪੁਰੇ ਤੋਂ 15 ਕਿਲੋਮੀਟਰ ਉਰੇ ਹਾਂ ਅਸੀਂ। ਅੱਛਾ ਜੀ। ਅਤੇ ਆਉਣ ਦਾ ਵੇ ਤੁਸੀਂ ਇਹ ਦੇਖ ਲਓ ਵੀ ਹੁਣੇ ਹੀ ਇਹ ਹਾਲ ਹੋ ਗਿਆ ਵਾ ਧੁੰਦ ਦਾ। ਹਾਂ ਹਾਂ। ਅਤੇ ਮਤਲਬ ਕਿ ਅੱਗੇ ਅਗਲਾ ਜਿਹੜਾ ਵਿਊ ਆ ਉਹ ਬਿਲਕੁਲ ਬਹੁਤ ਹੀ ਮਾਮੂਲੀ ਜਿਹਾ ਨਜ਼ਰ ਆ ਰਿਹਾ। ਠੰਡ ਬੜੀ ਕੀਤੀ ਪਈ ਤੁਸੀਂ, ਬਹੁਤ ਜ਼ਿਆਦਾ ਠੰਡ ਆ ਨਾ। ਉਹ ਦਾਰਾ ਭਾਅ ਜੀ ਖੜ੍ਹੇ ਨੇ ਧੁੰਦ ਦੇ ਵਿੱਚ ਹੀ, ਇਹ ਕੋਈ ਜ਼ਿਆਦਾ ਦੂਰ ਨਹੀਂ ਖੜ੍ਹੇ, ਪਰ ਕਮਾਲ ਕੀਤੀ ਪਈ ਹੈ। ਚੂਹਾ ਉੱਧਰ ਲਿਆ, ਇਹਨੂੰ ਕੱਢੋ ਯਾਰ ਚੂਹੇ ਨੂੰ। ਉਨੀ ਦੇਰ ਤੱਕ ਨਹੀਂ ਜਾਣਾ ਭਾਈ, ਜਿੰਨੀ ਦੇਰ ਤੱਕ ਇਹਦਾ ਤੁਰਦਾ ਨਾ ਲੱਗਾ। ਅੱਜ ਜੀ ਬਹੁਤ ਠੰਡ ਪੈ ਰਹੀ ਹੈ, ਅਸੀਂ ਦੇਹਰਾਦੂਨ ਜਾ ਰਹੇ ਹਾਂ, ਪਰ ਰਾਹ ਦੇ ਵਿੱਚ ਨਜ਼ਰ ਕੁਛ ਨਹੀਂ ਆ ਰਿਹਾ, ਇਸ ਕਾਰਨ ਸਾਨੂੰ ਬ੍ਰੇਕ ਲਗਾਉਣੀ ਪੈ ਗਈ ਹੈ ਇੱਥੇ ਰਾਜਪੁਰੇ। ਸੋ ਤੁਸੀਂ ਵੇਖ ਸਕਦੇ ਹੋ ਸਾਡੇ ਪਿੱਛੇ, ਉਹ ਦੇਖੋ ਜੀ ਕਿੰਨੀ ਠੰਡ ਦੇ ਨਾਲ ਨਾਲ ਧੁੰਦ ਵੀ ਪੈ ਗਈ ਹੈ, ਸਾਰਿਆਂ ਪਾਸੇ ਧੁੰਦ ਹੀ ਧੁੰਦ ਹੀ ਪਈ ਹੈ। ਧੰਨਵਾਦ। ਸੋ ਪਹੁੰਚ ਗਏ ਹਾਂ ਜੀ ਦੇਹਰਾਦੂਨ ਸ਼ਹਿਰ, ਸਵੇਰ ਦੇ 5:30 ਦਾ ਟਾਈਮ ਹੈ।
ਮਹਾਰਾਜ ਦੀ ਕਿਰਪਾ ਨਾਲ ਕਾਫੀ ਧੁੰਦ ਸੀ ਰਸਤੇ ਵਿੱਚ ਪਰ ਪਹੁੰਚ ਗਏ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗਤ ਜੀ, ਉਹ ਦੇਹਰਾਦੂਨ ਪਹੁੰਚ ਗਏ ਹਾਂ, ਅਸੀਂ ਤਿਆਰ ਵੀ ਹੋ ਗਏ ਹਾਂ। ਅੱਜ ਦੇਹਰਾਦੂਨ ਕੀਰਤਨ ਕਰਕੇ ਪਹਿਲਾਂ ਬੇਨਤੀ ਕੀਤੀ ਸੀ, ਰਾਤ ਦਾ ਕੀਰਤਨ ਫਿਰ ਦਿੱਲੀ ਕਰਾਂਗੇ। ਸਾਡੇ ਬੜੇ ਹੀ ਪਿਆਰ ਵਾਲੇ ਮੇਰੇ ਵੀਰ ਨੇ, ਵੀਰ ਜੀ ਸਰਬਦੀਪ ਸਿੰਘ ਜੀ ਸਲੂਜਾ, ਬੜੇ ਹੀ ਪਿਆਰ ਵਾਲੇ, ਬੜੀ ਹੀ ਸੇਵਾ ਭਾਵਨਾ ਵਾਲੇ, ਸਪੈਸ਼ਲੀ ਸਾਡੇ ਵਾਸਤੇ ਲੰਗਰ ਪਾਣੀ ਦੀ ਸੇਵਾ ਅੱਜ ਇਹਨਾਂ ਨੇ ਕੀਤੀ ਹੈ। ਇਹਨਾਂ ਦਾ ਜਿੰਨਾ ਧੰਨਵਾਦ ਕਰ ਸਕੀ ਉਨਾ ਘੱਟ ਹੈ। ਪੂਰੀ ਫੈਮਿਲੀ ਇੰਨੀ ਪਿਆਰ ਵਾਲੀ, ਇੰਨੀ ਗੁਰਸਿੱਖ ਫੈਮਿਲੀ ਹੈ। ਸਤਿਗੁਰ ਬਖਸ਼ਿਸ਼ ਕਰਨਾ ਬੇਟਾ ਇਹਨਾਂ ਦਾ, ਇਹ ਵੀ ਕੀਰਤਨ ਕਰਦਾ ਬੜਾ ਹੀ ਪਿਆਰਾ। ਹੁਣੇ ਜਿਹੜਾ ਦਾਸ ਦਾ ਗੀਤ ਰਿਲੀਜ਼ ਹੋਇਆ ਸੀ ਉਹ ਇਹਨਾਂ ਨੇ ਗਾਇਆ, ਉਹ ਵੀ ਮੈਂ ਜਲਦੀ ਅਪਲੋਡ ਕਰਾਂਗਾ ਫੇਸਬੁੱਕ 'ਤੇ। ਸੋ ਬੜੀ ਹੀ ਪਿਆਰ ਵਾਲੀ ਫੈਮਿਲੀ, ਬੜੀ ਬਖਸ਼ਿਸ਼ ਵਾਲੀ ਫੈਮਿਲੀ ਹੈ। ਸਤਿਗੁਰ ਬਖਸ਼ਿਸ਼ ਕਰਨ ਸਾਰੀ ਫੈਮਿਲੀ 'ਤੇ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਹਰਾਦੂਨ ਦਾ ਬਾਜ਼ਾਰ ਇੱਧਰੋਂ, ਵੈਸੇ ਅਸੀਂ ਆਉਣਾ ਨਹੀਂ ਸੀ ਜਾਣਾ, ਪਰ ਅਸੀਂ ਗਲਤੀ ਨਾਲ ਹੀ ਆ ਗਏ ਹਾਂ ਇਸ ਰੋਡ 'ਤੇ। ਪਰ ਵਧੀਆ ਲੱਗਾ ਤੁਹਾਨੂੰ ਬਾਜ਼ਾਰ ਦਿਖਾਉਣ ਦਾ ਮੌਕਾ ਮਿਲ ਗਿਆ ਸਾਨੂੰ। ਦੇਖੋ ਜੀ ਦੇਹਰਾਦੂਨ ਦਾ ਬਾਜ਼ਾਰ। ਝੰਡਾ ਪਾਉਂਦੇ ਇੱਥੇ ਕੋਈ ਨਹੀਂ ਨਜ਼ਰ ਆ ਰਿਹਾ, ਇੱਧਰ ਗੰਦੀ ਵੀ ਨਜ਼ਰ ਆ ਰਹੀ ਹੈ, ਫਰੂਟਸ ਵੀ ਨਜ਼ਰ ਆ ਰਹੇ, ਪਰ ਝੰਡਾ ਨਹੀਂ ਨਜ਼ਰ ਆ ਰਿਹਾ। ਝੰਡਾ ਕੋਈ ਨਹੀਂ ਦਾਰਾ ਭਾਜੀ, ਝੰਡਾ ਨੂੰ ਨਜ਼ਰ ਤਾਂ ਨਹੀਂ ਆਇਆ ਤੁਹਾਨੂੰ? ਅੱਛਾ, ਸਹਾਰਨਪੁਰ ਚੌਂਕ ਆ ਗਿਆ ਮੁੰਡਾ। ਸਹਾਰਨਪੁਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਤੋਂ ਧੰਨਵਾਦ ਮੇਰੇ ਵੀਰ ਸਰਬਦੀਪ ਸਿੰਘ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਅਗਲੀ ਵਾਰ ਫਿਰ ਕਰਦੇ ਹਾਂ ਦਰਸ਼ਨ। ਸਤਿਵਤਿਆਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆ ਸਰਬਦੀਪ ਵੀਰ ਜੀ ਨੇ ਬਹੁਤ ਖੇਚਲ ਕੀਤੀ ਹੈ, ਨਾਲ ਕੁਛ ਚਾਈਨੀਜ਼ ਦੇ ਕੇ ਗਏ ਨੇ, ਫੂਡ ਅਨਬੋਕਸਿੰਗ ਕਰ ਰਹੇ ਨੇ। ਅਮਨਜੋਤ ਜੀ ਕੀ ਹੈ ਜੀ? ਮਹਾਰਾਜ ਤੁਸੀਂ ਇੰਨਾ ਮਾਣ ਤਾਨ ਬਖਸ਼ ਰਹੇ ਹੋ। ਨੂਡਲਸ ਹੈ ਜੀ। ਹਾਂਜੀ, ਬੜੇ ਸਮੇਂ ਬਾਅਦ, ਲੰਬੇ ਸਮੇਂ ਬਾਅਦ ਅੱਜ ਕੁਛ ਇੱਦਾਂ ਦਾ ਵੀ ਖਾਣ ਨੂੰ ਮਿਲ ਰਿਹਾ। ਇਹ ਚੀਜ਼ ਚਿੱਲੀ ਲੱਗ ਰਹੀ ਹੈ, ਚੀਜ਼ ਪਨੀਰ ਦਾ ਸਮਥਿੰਗ, ਚੀਜ਼ ਚਿੱਲੀ ਹੈ, ਚੀਜ਼ ਚਿੱਲੀ। ਵਾਹ ਜੀ ਵਾਹ। ਤੇ ਇੱਕ ਮਿੰਟ ਇੱਕ ਮਿੰਟ, ਹੋਰ ਵੀ ਬੜਾ ਕੁਛ ਮਹਾਰਾਜ ਜੀ, ਇੱਕ ਮਿੰਟ ਜੀ ਜੀ, ਆ ਫੜਿਓ ਯਾਰ, ਦੇਖੋ ਵੀ ਜੀ ਡਿੱਗ ਨਾ ਜਾਵੇ ਵੀ ਜੀ, ਹੋਲਡ ਔਨ। ਡਿਜ਼ਰਟ ਦੇ ਵਿੱਚ ਕੁਛ ਹੈਗਾ? ਅੱਛਾ, ਅਨਬੋਕਸਿੰਗ, ਬਹੁਤ ਇਹਦੀ ਵੀ ਅਨਬੋਕਸਿੰਗ ਕੀਤੀ ਜਾਵੇ। ਇਹ ਕੁਛ ਚੋਕਲੇਟ ਵਰਗੀ ਚੀਜ਼, ਚੋਕਲੇਟ ਵਾਲਨਟ ਕੁਛ ਸਮਥਿੰਗ। ਚਲੋ ਰੱਖ ਦਿਓ ਇਹਨੂੰ, ਬਾਅਦ 'ਚ ਖਾਂਦੇ ਹਾਂ। ਬਹੁਤ ਬਹੁਤ ਧੰਨਵਾਦ ਸਰਬਦੀਪ ਸਿੰਘ ਜੀ। ਵੀਰ ਜੀ ਨਵਾਂ ਸਾਲ ਦਾਰਾ, ਵੀਰ ਜੀ ਵੀ ਸਾਡੇ ਕੁਛ ਲੈ ਕੇ ਆਏ ਨੇ। ਮੈਂ ਕਿਹਾ ਨਵਾਂ ਸਾਲ ਹੈ, ਕੁਛ ਪੇਸਟਰੀ ਮਿੱਠਾ ਵੀ ਹੋਣਾ ਚਾਹੀਦਾ ਕਿ ਨਹੀਂ? ਵਾਹ ਵਾਹ ਦਾਰਾ ਭਾਜੀ, ਇਹ ਤਾਂ ਕਮਾਲ ਕਰਤੀ, ਪਹਿਲਾਂ ਖਾਣਾ ਫਿਰ ਮਿੱਠਾ ਮੂੰਹ ਕਰਾਂਗੇ। ਵਾਹ ਜੀ ਵਾਹ, ਬਹੁਤ ਚੰਗੀ ਗੱਲ ਹੈ ਜੀ, ਧੰਨਵਾਦ ਜੀ ਅਨਬੋਕਸਿੰਗ ਕਰਨ ਦੇ ਲਈ।